ਸਤਿਗੁਰੂ ਜੀ ਦੀ ਨਵਾਜੀ ਸਾਧ ਸੰਗਤ ਜੀ, ਇੱਕ ਵਾਰ ਰਸਨਾ ਪਵਿੱਤਰ ਕਰਕੇ ਆਖੋ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਨਾਮ ਸਿਮਰਨ ਨਾਲ ਜੋੜਿਆ, ਪਰ ਨਾਲ ਹੀ ਨਾਲ ਸੰਗੀਤ ਅਤੇ ਖਾਸ ਕਰ ਖੇਡਾਂ ਦੇ ਖੇਤਰ ਵਿੱਚ ਵੀ ਉਹਨਾਂ ਦਾ ਯੋਗਦਾਨ ਕਿਸੇ ਤੋਂ ਘੱਟ ਨਹੀਂ। ਸੱਚੇ ਪਾਤਸ਼ਾਹ ਜੀ ਸਿਹਤ ਪ੍ਰਤੀ ਵੀ ਬਹੁਤ ਜਾਗਰੂਕ ਸਨ, ਇਸੇ ਕਰਕੇ ਲੁਧਿਆਣੇ ਉਹਨਾਂ ਨੇ SPS ਹੋਸਪਿਟਲ, ਸਤਿਗੁਰ ਪ੍ਰਤਾਪ ਸਿੰਘ ਹੋਸਪਿਟਲ, ਉਹ ਬਣਾਇਆ। ਉੱਥੇ ਵਰਲਡ ਕਲਾਸ ਇਨਫਰਾਸਟ੍ਰਕਚਰ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਵਧੀਆ ਡਾਕਟਰ, ਉਹ ਸਭ ਤੈਨਾਤ ਕੀਤੇ। ਸੱਚੇ ਪਾਤਸ਼ਾਹ ਜੀ ਹਮੇਸ਼ਾ ਕਹਿੰਦੇ ਸਨ ਕਿ ਇੱਕ ਤੰਦਰੁਸਤ ਸਰੀਰ ਹੀ ਤਕੜਾ ਹੋ ਕੇ ਨਾਮ ਸਿਮਰਨ ਕਰ ਸਕਦਾ। ਸੋ ਉਸੀ ਕੜੀ ਨੂੰ ਅੱਗੇ ਲਿਜਾਂਦੇ ਹੋਏ ਵਰਤਮਾਨ ਸੱਚੇ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਅਸੀਂ ਸ਼ੂਗਰ ਅਤੇ ਕਿਡਨੀ ਦੇ ਰੋਗਾਂ ਬਾਰੇ ਕੁਛ ਜਾਣਕਾਰੀ ਸਾਂਝੀ ਕਰਾਂਗੇ। ਸ਼ੂਗਰ ਵਾਸਤੇ ਗੱਲ ਕਰਨਾ ਕਿਉਂ ਇੰਨੀ ਜ਼ਰੂਰੀ ਹੈ? ਕਿਉਂਕਿ ਸ਼ੂਗਰ ਇੱਕ ਮਹਾਮਾਰੀ ਦਾ ਰੂਪ ਲੈ ਰਹੀ ਹੈ। ਇੰਡੀਆ ਨੂੰ ਡਾਇਬਟੀਜ਼ ਕੈਪੀਟਲ ਆਫ ਦਾ ਵਰਲਡ ਕਿਹਾ ਜਾਂਦਾ ਹੈ। ਲਗਭਗ ਜਿੰਨੇ ਦੁਨੀਆ 'ਚ ਸ਼ੂਗਰ ਦੇ ਮਰੀਜ਼ ਨੇ, ਹਰੇਕ ਸੱਤਵਾਂ ਮਰੀਜ਼ ਇੰਡੀਆ ਤੋਂ ਹੈ। ਪਿਛਲੇ ਸਾਲ ਦਾ ਅਗਰ ਅਸੀਂ ਡਾਟਾ ਇਕੱਠਾ ਕਰਕੇ ਦੇਖੀਏ, ਇੰਡੀਆ 'ਚ ਲਗਭਗ 11 ਕਰੋੜ ਲੋਕ ਸ਼ੂਗਰ ਨਾਲ ਗ੍ਰਸਿਤ ਨੇ। ਸ਼ਾਇਦ ਹੀ ਕੋਈ ਘਰ ਇਸ ਤਰ੍ਹਾਂ ਹੋਏਗਾ ਜਿੱਥੇ ਸ਼ੂਗਰ ਦਾ ਮਰੀਜ਼ ਨਹੀਂ ਹੈਗਾ ਜਾਂ ਅੱਗੇ ਜਾ ਕੇ ਨਹੀਂ ਹੋਏਗਾ। ਅਸੀਂ ਨਾਲੇ ਜਾਣਦੇ ਹੀ ਹਾਂ ਕਿ ਸ਼ੂਗਰ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਅੰਗ ਨਹੀਂ ਛੱਡਦੀ। ਸੋ ਇਸ ਤੋਂ ਅਗਰ ਬਚਿਆ ਨਾ ਜਾਏ ਜਾਂ ਇਹਦਾ ਵਧੀਆ ਇਲਾਜ ਨਾ ਕੀਤਾ ਜਾਏ ਤਾਂ ਅੱਗੇ ਜਾ ਕੇ ਬਹੁਤ ਤੰਗ ਕਰਦੀ ਹੈ। ਅਸੀਂ ਇਹ ਵੀ ਸਭ ਜਾਣਦੇ ਹਾਂ ਕਿ ਅੱਜ ਕੱਲ੍ਹ ਇਲਾਜ ਬਹੁਤ ਮਹਿੰਗੇ ਨੇ। ਸਰਕਾਰੀ ਹੋਸਪਿਟਲ ਵਿੱਚ ਉਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਉਪਲਬਧ ਹੈਗੀ, ਔਰ ਪ੍ਰਾਈਵੇਟ ਹੋਸਪਿਟਲ ਵਿੱਚ ਅਗਰ ਵਧੀਆ ਇਲਾਜ ਕਰਾਉਣਾ ਤਾਂ ਪੈਸੇ ਬਹੁਤ ਲੱਗਦੇ ਨੇ। ਭਾਰਤ ਸਰਕਾਰ ਦਾ 2023 ਦਾ ਹੀ ਡਾਟਾ ਹੈ, ਇੱਕ ਨੈਸ਼ਨਲ ਸੈਂਪਲ ਸਰਵੇ ਔਨ ਹੈਲਥ, ਉਹਦੇ ਮੁਤਾਬਿਕ ਸ਼ੂਗਰ ਦੀ ਬਿਮਾਰੀ ਕਰਕੇ ਜਿਹੜੀ ਕੰਪਲੀਕੇਸ਼ਨਸ ਅੱਗੇ ਆਉਂਦੀਆਂ ਨੇ ਉਹਦੇ ਕਰਕੇ ਲਗਭਗ 40% ਲੋਕਾਂ ਦੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉਜੜ ਜਾਂਦੀ ਹੈ। ਸੋ ਇਸੇ ਕਰਕੇ ਸ਼ੂਗਰ ਦੇ ਪ੍ਰਤੀ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸ਼ੂਗਰ ਆਲਮੋਸਟ 3 ਤੋਂ 4 ਗੁਣਾ ਜ਼ਿਆਦਾ ਕੰਪਲੀਕੇਸ਼ਨ ਪੈਦਾ ਕਰਦੀ ਹੈ ਸਿਰ ਤੋਂ ਲੈ ਕੇ ਪੈਰ ਤੱਕ, ਹਰੇਕ ਅੰਗਾਂ ਦਾ। ਅਸੀਂ ਉੱਤੋਂ ਦੀ ਅਗਰ ਸ਼ੁਰੂ ਹੋ ਜਾਈਏ ਅਧਰੰਗ ਦਾ ਹੋਣਾ, ਜਿਹਨੂੰ ਅਸੀਂ ਪੈਰਾਲਿਸਿਸ ਬੋਲਦੇ ਹਾਂ, ਫਿਰ ਅੱਖਾਂ ਦੀ 'ਤੇ ਬਹੁਤ ਅਸਰ ਆਉਂਦਾ, ਬਹੁਤ ਸਾਰੇ ਲੋਕਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਜਾਂ ਬਿਲਕੁਲ ਹੀ ਚਲੀ ਜਾਂਦੀ ਹੈ। ਉਸ ਤੋਂ ਬਾਅਦ ਹਾਰਟ ਦੇ ਉੱਤੇ ਅਗਰ ਗੱਲ ਕਰੀਏ, 3 ਤੋਂ 4 ਗੁਣਾ ਜ਼ਿਆਦਾ ਚਾਂਸਿਸ ਨੇ ਕਿ ਹਾਰਟ ਅਟੈਕ ਆ ਸਕਦੇ ਨੇ। ਕਾਫੀ ਸਾਰੀ ਲੋਕਾਂ ਦਾ ਹਾਰਟ ਸੋਜਿਸ਼ ਆ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੀ ਪੰਪਿੰਗ ਨਹੀਂ ਹੋ ਪਾਉਂਦੀ, ਔਰ ਉਹ ਮਰੀਜ਼ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਦੇ ਸਰੀਰ 'ਚ ਪਾਣੀ ਇਕੱਠਾ ਹੋ ਜਾਂਦਾ ਹੈ ਜਾਂ ਥੋੜ੍ਹਾ ਹੀ ਚੱਲਣ 'ਤੇ ਸਾਫ਼ ਹੋ ਜਾਂਦਾ ਹੈ ਜਾਂ ਬੈਠੇ ਬੈਠੇ ਹੀ ਸਾਫ਼ ਹੋ ਜਾਂਦਾ ਹੈ। ਈਵਨ ਲੀਵਰ ਦੀ ਗੱਲ ਕਰੀਏ, ਸਾਨੂੰ ਲੱਗਦਾ ਹੈ ਕਿ ਲੀਵਰ ਤਾਂ ਸਿਰਫ ਸ਼ਰਾਬ ਪੀਣ ਨਾਲ ਹੀ ਖਰਾਬ ਹੁੰਦਾ, ਸਾਨੂੰ ਲੀਵਰ 'ਚ ਦਿੱਕਤ ਨਹੀਂ ਆ ਸਕਦੀ, ਅਸੀਂ ਤਾਂ ਸ਼ਰਾਬ ਪੀਂਦੇ ਨਹੀਂ। ਪਰ ਦੇਖਿਆ ਗਿਆ ਕਿ ਇੰਡੀਆ 'ਚ ਸ਼ੂਗਰ ਅਤੇ ਮੋਟਾਪਾ ਕਰਕੇ ਲੀਵਰ ਖਰਾਬ ਹੋਣਾ ਹੁਣ 3ਜੀ ਮੇਨ ਕਾਰਨ ਹੈ, ਯਾਨੀ ਸ਼ਰਾਬ ਔਰ ਕਾਲਾ ਪੀ ਲਿਆ ਕਰਨ ਤੋਂ ਬਾਅਦ ਸ਼ੂਗਰ 3ਜਾ ਮੇਨ ਕਾਰਨ ਹੋ ਗਿਆ ਜਿਹੜਾ ਈਵਨ ਲੀਵਰ ਖਰਾਬ ਕਰਦਾ। ਔਰ ਕਿਡਨੀ ਦੀ ਬਿਮਾਰੀਆਂ ਵੀ, ਕਿਉਂਕਿ ਸ਼ੂਗਰ ਇੰਨੀ ਵੱਧ ਰਹੀ ਹੈ, ਉਹ ਵੀ ਬਹੁਤ ਜ਼ਿਆਦਾ ਵਧੀ ਜਾ ਰਹੀਆਂ ਨੇ। ਮੇਰੇ ਆਪਣੇ ਪ੍ਰੈਕਟਿਸ 'ਚ, ਕਿਉਂਕਿ ਮੈਂ ਕਿਡਨੀ ਸਪੈਸ਼ਲਿਸਟ ਹਾਂ,
ਆਲਮੋਸਟ 50% ਮਰੀਜ਼ ਜਿਹੜੇ ਸਾਡੇ ਕੋਲ ਆਉਂਦੇ ਨੇ ਉਹ ਸ਼ੂਗਰ ਦੀ ਬਿਮਾਰੀ ਕਰਕੇ ਹੀ ਕਿਡਨੀ ਖਰਾਬ ਹੋਣ ਕਰਕੇ ਆ ਰਹੇ ਨੇ। ਔਰ ਜਦੋਂ ਕਿਡਨੀਆਂ 'ਚ ਦੀ ਦਿੱਕਤ ਜ਼ਿਆਦਾ ਵੱਧ ਜਾਂਦੀ ਹੈ ਉਦੋਂ ਉਹਦਾ ਵੀ ਇਲਾਜ ਬਹੁਤ ਮਹਿੰਗਾ। ਅਗਰ ਅਸੀਂ ਥੱਲੇ ਗੱਲ ਕਰੀਏ, ਈਵਨ ਨਸਾਂ ਤੱਕ ਅਸਰ ਸ਼ੂਗਰ ਦਾ ਆਉਂਦਾ ਹੈ, ਜਿਹਦੇ ਕਰਕੇ ਕਈਆਂ ਦੇ ਪੈਰਾਂ 'ਚ ਜ਼ਖਮ ਹੋ ਜਾਂਦੇ ਨੇ ਜਿਹੜੇ ਭਰਦੇ ਨਹੀਂ ਨੇ, ਔਰ ਕਈਆਂ ਨੂੰ ਪੈਰ ਕੱਟਣਾ ਪੈ ਜਾਂਦਾ। ਸੋ ਇਸ ਕਰਕੇ ਸ਼ੂਗਰ ਪ੍ਰਤੀ ਸਾਨੂੰ ਜਾਗਰੂਕ ਹੋਣਾ, ਇਹਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਸ਼ੂਗਰ ਕਿਹੜੇ ਕਿਹੜੇ ਮਰੀਜ਼ ਨੂੰ ਜ਼ਿਆਦਾ ਹੋ ਸਕਦੀ ਹੈ? ਸੋ ਜਿਨ੍ਹਾਂ ਦੇ ਮਾਪਿਆਂ ਨੂੰ ਜਾਂ ਭੈਣ ਭਰਾ ਨੂੰ ਕਿਸੇ ਨੂੰ ਸ਼ੂਗਰ ਹੈ, ਉਹਦਾ ਰਿਸਕ ਆਮ ਬੰਦਿਆਂ ਨਾਲੋਂ 3 ਤੋਂ 4 ਗੁਣਾ ਹੈ। ਇਸ ਤਰ੍ਹਾਂ ਹੀ ਅਗਰ ਕੋਈ ਸ਼ੂਗਰ ਦਾ ਮਰੀਜ਼, ਉਹਨੂੰ ਵੀ ਜ਼ਿਆਦਾ ਹੋਏਗੀ ਜਿਹੜਾ ਕਿ ਥੋੜ੍ਹਾ ਜਿਹਾ ਮੋਟਾਪਾ ਜਿਹਦੇ 'ਚ ਜ਼ਿਆਦਾ ਹੈ, ਜਿਨ੍ਹਾਂ ਦੇ ਖਾਣ ਪੀਣ ਸਹੀ ਨਹੀਂ ਹੈਗਾ, ਯਾਨੀ ਕਿ ਜਿਹੜਾ ਕਿ ਬਾਹਰ ਦਾ ਬਹੁਤ ਜ਼ਿਆਦਾ ਖਾ ਰਿਹਾ, ਤਲੀਆਂ ਚੀਜ਼ਾਂ ਖਾ ਰਿਹਾ, ਮੈਦਾ ਜ਼ਿਆਦਾ ਖਾ ਰਿਹਾ, ਉਹਨਾਂ 'ਚ ਵੀ ਸ਼ੂਗਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਔਰ ਅੱਜ ਕੱਲ੍ਹ ਬਹੁਤ ਸਾਰੇ ਕਹਿੰਦੇ ਨੇ ਜੀ ਸਟ੍ਰੈਸ ਬਹੁਤ ਵੱਧ ਗਿਆ, ਛੋਟੇ ਛੋਟੇ ਬੱਚੇ ਵੀ ਇਹ ਵਰਡ ਯੂਜ਼ ਕਰਦੇ ਨੇ ਜਿਹੜੇ ਕਿ ਅੱਜ ਤੋਂ 10-15 ਸਾਲ ਪਹਿਲੇ ਅਸੀਂ ਗੱਲ ਹੀ ਨਹੀਂ ਕਰਦੇ ਸਾਂ। ਸੋ ਜਿਹੜਾ ਸਟ੍ਰੈਸਫੁੱਲ ਲਾਈਫ ਹੈ, ਜਿਹੜਾ ਹਰੇਕ ਚੀਜ਼ ਦਾ ਸਟ੍ਰੈਸ ਹੈ, ਕੰਮ ਦਾ ਪ੍ਰੈਸ਼ਰ ਹੈ ਜਾਂ ਪੜ੍ਹਾਈਆਂ ਦਾ ਪ੍ਰੈਸ਼ਰ ਹੈ ਜਾਂ ਬਾਕੀ ਚੀਜ਼ਾਂ ਦਾ ਹੈ, ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਸ਼ੂਗਰ ਹੋ ਰਹੀ ਹੈ। ਸੋ ਇਸ ਕਰਕੇ ਕੋਸ਼ਿਸ਼ ਇਹੀ ਕੀਤੀ ਜਾਏ ਕਿ ਸ਼ੂਗਰ ਤੋਂ ਬਚਿਆ ਜਾਏ। ਸੋ ਅਸੀਂ ਸ਼ੂਗਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜਿੰਨਾ ਹੋ ਸਕੇ ਵਧੀਆ ਤੋਂ ਵਧੀਆ ਅਸੀਂ ਘਰ ਬਣਾ ਕੇ ਖਾਣਾ ਖਾਈਏ, ਬਾਹਰ ਦਾ ਨਾ ਖਾਈਏ। ਸੱਚੇ ਪਾਤਸ਼ਾਹ ਜੀ ਨੇ ਤਾਂ ਬਹੁਤ ਪਹਿਲੇ ਤੋਂ ਹੀ ਇਹ ਸਾਰਿਆਂ ਨੂੰ ਆਦੇਸ਼ ਹੈ ਕਿ ਬਾਹਰ ਦਾ ਖਾਣਾ ਛੱਡੋ। ਵਰਤਮਾਨ ਸੱਚੇ ਪਾਤਸ਼ਾਹ ਜੀ ਨੇ ਵੀ ਜਿਸ ਤਰ੍ਹਾਂ ਪਹਿਲੇ ਦਿਨ ਹੁਕਮ ਕੀਤਾ ਕਿ ਘੱਟ ਤੋਂ ਘੱਟ ਹੈ ਹੁਣ ਜਪ ਭਰੀ ਹੋ ਗਏ, ਇਹਦੇ 'ਚ ਅਸੀਂ ਬਾਹਰ ਦਾ ਨਾ ਖਾਈਏ। ਸੋ ਕੋਸ਼ਿਸ਼ ਕਰੀਏ ਕਿ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਕਿ ਇੱਥੋਂ ਦੀ ਇੱਕ ਅਸੀਂ ਅੱਛੀ ਆਦਤ ਲਈਏ ਕਿ ਅਸੀਂ ਬਾਹਰ ਦਾ ਖਾਣਾ ਪੀਣਾ ਛੱਡੀਏ, ਘਰ ਬਣਾ ਕੇ ਚੀਜ਼ਾਂ ਖਾਈਏ। ਔਰ ਘਰ ਵੀ ਜੋ ਅਸੀਂ ਬਣਾਈਏ ਉਹ ਜ਼ਿਆਦਾਤਰ ਅਸੀਂ ਤਲੀਆਂ ਚੀਜ਼ਾਂ, ਮੈਦਾ, ਇਹਦਾ ਉਪਯੋਗ ਘੱਟ ਕਰੀਏ। ਦੂਸਰੀ ਬਹੁਤ ਇੰਪੋਰਟੈਂਟ ਹੈ ਕਿ ਇੱਕ ਫਿਜ਼ੀਕਲ ਐਕਟੀਵਿਟੀ ਅਸੀਂ ਆਪਣੀ ਵਧਾਈਏ। ਅੱਜ ਕੱਲ੍ਹ ਕਿਉਂਕਿ ਸਾਡੇ ਕੋਲ ਹੁਣ ਸਾਰੀ ਚੀਜ਼ਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਿਲੀਆਂ ਨੇ, ਧਨ ਦੌਲਤ ਹੈ, ਸਾਰੇ ਪਦਾਰਥ ਨੇ, ਦੂਜੀਆਂ ਸਹੂਲਤਾਂ ਨੇ, ਅਸੀਂ ਧੀਰੇ ਧੀਰੇ ਕੀ ਕਰ ਰਹੇ ਹਾਂ, ਫਿਜ਼ੀਕਲ ਐਕਟੀਵਿਟੀ ਘੱਟ ਹੋ ਗਈ ਹੈ। ਅਸੀਂ ਆਪਣਾ ਜਿਹੜਾ ਕੰਮ ਹੈ ਉਹ ਨੌਕਰਾਂ ਤੋਂ ਕਰਾ ਰਹੇ ਹਾਂ, ਈਵਨ ਖੇਤਾਂ 'ਚ ਵੀ ਨੌਕਰ ਹੀ ਕੰਮ ਕਰ ਰਹੇ ਨੇ, ਸ਼ਹਿਰਾਂ 'ਚ ਵੀ ਈਵਨ ਕਈ ਜਗ੍ਹਾ 'ਤੇ ਘਰ ਦੀ ਰੋਟੀ ਵੀ ਨੌਕਰ ਬਣਾ ਰਹੇ ਨੇ। ਕੁਛ ਲੈਣ ਜਾਣਾ ਤਾਂ ਸਾਨੂੰ ਗੱਡੀ ਚਾਹੀਦੀ ਜਾਂ ਮੋਟਰਸਾਈਕਲ ਪਕੜ ਲਈਦਾ, ਚਾਹੇ 200 ਮੀਟਰ ਦੂਰੀ ਦੁਕਾਨ ਹੈ। ਸੋ ਕੋਸ਼ਿਸ਼ ਕਰੀਏ ਇਨ ਚੀਜ਼ਾਂ ਤੋਂ ਵੀ ਅਸੀਂ ਥੋੜ੍ਹਾ ਜਿਹਾ ਬਚੀਏ, ਕੋਸ਼ਿਸ਼ ਕਰੀਏ ਫਿਜ਼ੀਕਲ ਐਕਟੀਵਿਟੀ ਖੁਦ ਕਰੀਏ, ਕੁਛ ਕੰਮ ਜਿੰਨੇ ਹੋ ਸਕਣ ਖੁਦ ਕਰੀਏ। ਛੋਟੀ ਛੋਟੀ ਚੀਜ਼ਾਂ ਨੇ, 200-300 ਮੀਟਰ 'ਤੇ ਕਿਧਰੇ ਜਾਣਾ ਪੈਦਲ ਜਾਈਏ, ਕਿਸੇ ਅਸੀਂ ਬਾਹਰ ਜਾ ਰਹੇ ਹਾਂ ਦੁਕਾਨਾਂ 'ਤੇ ਜਾ ਰਹੇ ਹਾਂ, ਸੀੜੀਆਂ ਨੇ, ਸੀੜੀਆਂ ਲੈ ਲਈਏ, ਲਿਫਟ ਨਾ ਵਰਤੋਂ ਕਰੀਏ। ਅੱਜ ਕੱਲ੍ਹ ਸਾਰਿਆਂ ਕੋਲ ਸਮਾਰਟਫੋਨਸ ਹੈਗੇ ਨੇ, ਉਹਨਾਂ 'ਤੇ ਅੱਜ ਕੱਲ੍ਹ ਐਪ ਡਾਊਨਲੋਡ ਹੋ ਜਾਂਦੀ ਹੈ ਜਿਹੜੀ ਦੱਸ ਸਕਦੀ ਹੈ ਤੁਸੀਂ ਕਿੰਨਾ ਮੂਵ ਕਰ ਰਹੇ ਹੋ। ਈਵਨ ਫਿਟਨੈਸ ਬੈਂਡਸ ਰਿਸਟ 'ਤੇ ਆ ਗਏ ਨੇ ਜਿਹੜੇ ਕਿ ਚੂੜੀ ਦੀ ਤਰ੍ਹਾਂ ਜਾਂ ਕੜੀ ਦੀ ਤਰ੍ਹਾਂ ਪਾ ਸਕਦੇ ਹੋ, ਉਹ ਵੀ ਇਹ ਦੱਸ ਦਿੰਦੇ ਨੇ ਤੁਸੀਂ ਦਿਨੇ 'ਚ ਕਿੰਨਾ ਚੱਲੇ ਹੋ। ਸੋ ਜਿਹੜੇ ਕਿ ਲਗਭਗ 10,000 ਕਦਮ ਇੱਕ ਦਿਨ 'ਚ ਜ਼ਰੂਰ ਚੱਲੀਏ, ਜਿਹੜਾ ਕਿ ਸਾਡੀ ਕੁਛ ਵੀ ਕੰਪਲੀਕੇਸ਼ਨ, ਚਾਹੇ ਉਹ ਹਾਰਟ ਦੀ ਹੈ, ਚਾਹੇ ਸ਼ੂਗਰ ਦੀ ਹੈ, ਚਾਹੇ ਮੋਟਾਪਾ, ਉਸ ਤੋਂ ਸਾਨੂੰ ਉਹ ਬਚਾਏਗੀ। ਦੂਸਰੀ ਇੱਕ ਬੜੀ ਇੰਪੋਰਟੈਂਟ ਹੋਰ ਇਹ ਵੀ ਚੀਜ਼ ਹੈ ਕਿ ਅਗਰ ਇਹ ਸਾਰੀ ਚੀਜ਼ਾਂ ਕਰਨ ਦੇ ਬਾਵਜੂਦ ਵੀ ਕਈਆਂ ਨੂੰ ਸ਼ੂਗਰ ਹੋ ਜਾਂਦੀ ਹੈ ਜਾਂ ਜਿਨ੍ਹਾਂ ਨੂੰ ਆਲਰੇਡੀ ਸ਼ੂਗਰ ਹੈ, ਸੋ ਉਹ ਆਪਣਾ ਸ਼ੂਗਰ ਦਾ ਧਿਆਨ ਦੇਣ, ਉਹਨੂੰ ਰੈਗੂਲਰਲੀ ਚੈੱਕ ਕਰਨ, ਇਸ ਤਰ੍ਹਾਂ ਨਹੀਂ ਕਰਨ ਕਿ ਇੱਕ ਵਾਰ ਡਾਕਟਰ ਨੂੰ ਦਿਖਾਇਆ, ਸ਼ੂਗਰ ਦੀ ਦਵਾਈ ਲੈ ਲਈ, ਉਸ ਤੋਂ ਬਾਅਦ ਸਾਰੀ ਉਮਰ ਜਾਂ ਕਿੰਨੇ ਕਿੰਨੇ ਸਾਲ ਫਿਰ ਚੈੱਕ ਹੀ ਨਹੀਂ ਕਰਾਇਆ, ਜਾਂ ਅਗਰ ਚੈੱਕ ਕਰਾ ਵੀ ਰਹੇ ਹਾਂ ਤਾਂ ਸਿਰਫ ਖਾਲੀ ਪੇਟ ਵਾਲੀ ਜਿਹਨੂੰ ਸ਼ੂਗਰ ਅਸੀਂ ਬੋਲਦੇ ਹਾਂ ਫਾਸਟਿੰਗ ਹੀ ਚੈੱਕ ਕਰਾਉਂਦੇ ਰਹੇ। ਸੋ ਸ਼ੂਗਰ ਜ਼ਰੂਰ ਚੈੱਕ ਕਰੋ, ਉਹ ਜਿਹੜੀ ਫਾਸਟਿੰਗ ਸ਼ੂਗਰ ਹੈ ਉਹ 120 ਤੋਂ ਥੱਲੇ ਹੋਣੀ ਚਾਹੀਦੀ ਹੈ, ਪਰ ਰੋਟੀ ਖਾ ਕੇ 2 ਘੰਟੇ ਬਾਅਦ ਉਹ ਵੀ ਜ਼ਰੂਰ ਚੈੱਕ ਕਰੋ, ਉਹ 150 ਤੋਂ ਥੱਲੇ ਹੋਣੀ ਚਾਹੀਦੀ ਹੈ।
ਔਰ 3 ਮਹੀਨੇ ਵਾਲੀ ਜਿਹੜੀ ਸ਼ੂਗਰ ਹੈ ਉਹ 6.5 ਤੋਂ ਥੱਲੇ ਹੋਣੀ ਚਾਹੀਦੀ ਹੈ। 3 ਤੋਂ 6 ਮਹੀਨਿਆਂ ਜ਼ਰੂਰ ਇੱਕ ਵਾਰ ਚੈੱਕ ਕਰੋ ਕਿ ਸ਼ੂਗਰ ਕਿੰਨੀ ਰਹਿ ਰਹੀ ਹੈ। ਔਰ ਸ਼ੂਗਰ ਚੈੱਕ ਕਰਨਾ ਬਹੁਤ ਆਸਾਨ ਹੈ, ਅੱਜ ਕੱਲ੍ਹ ਗਲੂਕੋਮੀਟਰ ਬੜੀ ਸਿੰਪਲ ਜਿਹੇ ਟੈਸਟ ਨੇ ਜਿਹੜੇ ਕਿ ਤੁਸੀਂ ਘਰ ਖੁਦ ਹੀ ਯੂਜ਼ ਕਰ ਸਕਦੇ ਹੋ, ਉਹਦੇ 'ਚ ਕੋਈ ਦਰਦ ਨਹੀਂ ਹੁੰਦੀ, ਪਤਲੀ ਜਿਹੀ ਸੂਈ ਹੁੰਦੀ, ਆਪਣੇ ਆਪ ਹੀ ਉਹ ਟੈਸਟ ਕਰ ਦਿੰਦੀ ਹੈ। ਔਰ ਨਵੇਂ ਹੋਣ 'ਤੇ ਇਸ ਤਰ੍ਹਾਂ ਦੀ ਵੀ ਚੀਜ਼ਾਂ ਆ ਗਈਆਂ ਨੇ ਕਿ ਤੁਸੀਂ ਸਿਰਫ ਵਾਚ ਪਾ ਲਓ, ਘੜੀਆਂ ਪਾ ਲਓ, ਜਾਂ ਇਸ ਤਰ੍ਹਾਂ ਦੀ ਮਸ਼ੀਨਾਂ ਆ ਗਈਆਂ ਨੇ ਜਿਹੜਾ ਕਿ ਤੁਹਾਨੂੰ ਸੂਈ ਵੀ ਚਬਾਉਣ ਦੀ ਲੋੜ ਨਹੀਂ, ਉਹ ਤੁਹਾਡੀ ਸ਼ੂਗਰ ਦੱਸ ਦੇਗੀ ਕਿ ਤੁਹਾਡੀ ਸ਼ੂਗਰ ਕਿੰਨੀ ਹੈ। ਇੱਥੇ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਲੇ 'ਚ ਬੜੀ ਵਾਰ ਸਕਰੀਨਿੰਗ ਕੈਂਪ ਵੀ ਲੱਗਦੇ ਰਹਿੰਦੇ ਨੇ, ਅੱਗੇ ਵੀ ਲੱਗਣਗੇ, ਉੱਥੇ ਵੀ ਜਾ ਕੇ ਅਸੀਂ ਇੱਕ ਵਾਰ ਆਪਣੇ ਆਪ ਨੂੰ ਜ਼ਰੂਰ ਜਾਂਚ ਕਰਾਈਏ। ਕਾਫੀ ਸਾਰੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਇਸ ਲਈ ਸ਼ੂਗਰ ਨਹੀਂ ਜਾਂਚ ਕਰਾਉਂਦੇ ਕਿ ਅਗਰ ਨਿਕਲਾਈ ਫਿਰ ਕੀ ਹੋ ਜਾਏਗਾ, ਡਰਦੇ ਨੇ। ਪਰ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਸੀਂ ਦੇਖੋ ਹੁਣ ਆਪਣੀ ਕਾਫੀ ਸਾਰੇ ਲੋਕ ਇੱਥੋਂ ਕਿਸਾਨੀ ਬੈਕਗਰਾਊਂਡ ਤੋਂ ਨੇ ਜਿਹੜੇ ਕਿਸਾਨ, ਅਸੀਂ ਜਦੋਂ ਜਾ ਕੇ ਆਪਣੀ ਫਸਲ ਵੀ ਤਾਂ ਦੇਖਦੇ ਆ ਨਾ, ਅਸੀਂ ਇਹ ਤਾਂ ਨਹੀਂ ਕਰਦੇ ਕਿ ਅਸੀਂ ਆਪਣੀ ਫਸਲ ਨਹੀਂ ਦੇਖਣੀ ਕਿ ਡਰ ਲੱਗਦਾ ਕਿ ਉਹਨੂੰ ਕੀੜਾ ਨਾ ਲੱਗ ਜਾਏ। ਅਸੀਂ ਜਾ ਕੇ ਕਈ ਵਾਰ ਹਫ਼ਤੇ 'ਚ 3 ਵਾਰ ਜਾ ਕੇ ਦੇਖਦੇ ਹਾਂ ਵੀ ਕੋਈ ਕੀੜਾ ਤਾਂ ਨਹੀਂ ਆਇਆ, ਅਤੇ ਤਾਂ ਕਿ ਉਹਦਾ ਪੱਕਾ ਇਲਾਜ ਸ਼ੁਰੂ 'ਚ ਹੋ ਸਕੇ। ਇਹ ਤਾਂ ਆਪਣਾ ਸਰੀਰ ਹੈ, ਸੋ ਆਪਣੇ ਸਰੀਰ ਤਾਂ ਜ਼ਰੂਰ ਚੈੱਕਅਪ ਕਰਾਓ। ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਸ਼ੂਗਰ ਈਵਨ 30 ਸਾਲ 25 ਸਾਲ ਦੇ ਬੱਚਿਆਂ ਨੂੰ ਹੋ ਰਹੀ, ਸੋ 30 ਸਾਲ ਦੀ ਉਮਰ ਤੋਂ ਬਾਅਦ ਸਾਲ 'ਚ ਇੱਕ ਵਾਰ ਆਪਣਾ ਜ਼ਰੂਰ ਚੈੱਕਅਪ ਕਰਾਓ। ਉਹ ਤੁਸੀਂ ਚਾਹੇ ਕੋਈ ਕੈਂਪ ਲੱਗਿਆ ਉੱਥੇ ਜਾ ਕੇ ਆਪਣਾ ਚੈੱਕਅਪ ਕਰਾ ਸਕਦੇ ਹੋ, ਈਵਨ SPS ਹੋਸਪਿਟਲ ਵਿੱਚ ਫ੍ਰੀ ਹੈਲਥ ਚੈੱਕਅਪ, ਕਈ ਵਾਰ ਵਿਚਕਾਰ ਕੈਂਪਸ ਲੱਗਦੇ ਰਹਿੰਦੇ ਨੇ, ਜਾਂ ਦੂਸਰੇ ਮਾਸਟਰ ਹੈਲਥ ਚੈੱਕਅਪ ਹੁੰਦਾ ਰਹਿੰਦਾ ਜਿਹਦੇ 'ਚ ਸਾਰੀ ਬਾਡੀ ਦਾ ਮੇਰੇ ਖਿਆਲ ਨਾਲ 2 ਕੁ ਘੰਟੇ ਸਾਰੇ ਟੈਸਟ ਹੋ ਜਾਣੇ ਨੇ, ਜਿਹਦੇ 'ਚ ਪਤਾ ਲੱਗ ਜਾਏਗਾ ਕਿ ਕੋਈ ਬਿਮਾਰੀ ਤਾਂ ਨਹੀਂ ਹੈ। ਔਰ ਅਗਰ ਕੋਈ ਬਿਮਾਰੀ ਹੈ ਤਾਂ ਉਹਦਾ ਪ੍ਰੋਪਰ ਇਲਾਜ ਸ਼ੁਰੂਆਤ 'ਚ ਹੀ ਅਗਰ ਹੋ ਜਾਏ ਤਾਂ ਉਹ ਅੱਗੇ ਜਾ ਕੇ ਇੰਨੀ ਵਧੇਗੀ ਨਹੀਂ ਕਿ ਸਾਨੂੰ ਇਹ ਦਿੱਕਤਾਂ ਆਉਣਗੀਆਂ। ਈਵਨ ਕਿਡਨੀ 'ਚ ਵੀ ਇਹੀ ਚੀਜ਼ ਹੈ, ਔਰ ਇਸ ਕਿਡਨੀ ਦੀ ਬਿਮਾਰੀ ਨੂੰ ਅਸੀਂ ਸ਼ੁਰੂਆਤ 'ਚ ਪਕੜ ਲਿੱਤਾ ਜਾਏ, ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਇਹਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ, ਪਰ ਹੁੰਦਾ ਇਹ ਹੈ ਕਿ ਉਸ ਟਾਈਮ ਬੰਦਾ ਗੌਰ ਨਹੀਂ ਕਰਦਾ। ਔਰ ਸਿੰਪਲ ਜਿਹੇ ਦੇ ਟੈਸਟ ਹੈਗੇ ਨੇ, ਇੱਕ ਯੂਰੀਨ ਟੈਸਟ ਔਰ ਇੱਕ ਬਲੱਡ ਟੈਸਟ, ਬਹੁਤੇ ਮਹਿੰਗੇ ਨਹੀਂ ਹੈਗੇ, 100-200 ਰੁਪਏ 'ਚ ਟੈਸਟ ਹੋ ਜਾਂਦੇ ਨੇ, ਔਰ ਹੁਣ ਤਾਂ ਪਿੰਡਾਂ 'ਚ ਅਵੇਲੇਬਲ ਨੇ। ਅਤੇ ਸਾਲ 'ਚ ਇੱਕ ਵਾਰ ਅਸੀਂ ਅਗਰ ਸ਼ੂਗਰ ਦੇ ਮਰੀਜ਼ ਖਾਸ ਕਰਨੇ, ਉਹ ਸਾਲ 'ਚ ਇੱਕ ਵਾਰ ਆਪਣੀ ਅੱਖਾਂ ਜ਼ਰੂਰ ਚੈੱਕ ਕਰਾਉਣ, ਇੱਕ ਵਾਰ ਆਪਣੀ ਕਿਡਨੀਆਂ ਦੇ ਟੈਸਟ ਹੈ, ਉਹ ਆਪਣਾ ਯੂਰੀਨ ਟੈਸਟ ਔਰ ਇੱਕ ਬਲੱਡ ਟੈਸਟ ਜ਼ਰੂਰ ਕਰਾਉਣ, ਤਾਂ ਕਿ ਅਗਰ ਬਿਮਾਰੀ ਆ ਰਹੀ ਹੈ ਤਾਂ ਸ਼ੁਰੂ 'ਚ ਹੀ ਪਕੜੀ ਜਾਏ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ। ਅਗਰ ਅਸੀਂ ਖਾਣ ਪੀਣ ਬਾਰੇ ਗੱਲ ਕਰੀਏ, ਖਾਣ ਪੀਣ ਵੀ ਕੋਸ਼ਿਸ਼ ਇਹੀ ਕਰੀਏ ਕਿ ਮਿੱਠਾ ਤਲੀਆਂ ਚੀਜ਼ਾਂ ਥੋੜ੍ਹੀਆਂ ਘੱਟ ਵਰਤੋਂ ਕੀਤੀਆਂ ਜਾਣ। ਸ਼ੂਗਰ ਦੇ ਕਾਫੀ ਸਾਰੇ ਮਰੀਜ਼ ਇਸ ਤਰ੍ਹਾਂ ਹੁੰਦੇ ਨੇ ਕਿ ਜੇ ਅਸੀਂ ਖੰਡ ਤਾਂ ਛੱਡਤੀ ਹੈ ਪਰ ਅਸੀਂ ਹੁਣ ਸ਼ੱਕਰ ਲੈ ਰਹੇ ਹਾਂ, ਸ਼ਹਿਦ ਲੈ ਰਹੇ ਹਾਂ, ਸੋ ਸ਼ੱਕਰ ਸ਼ਹਿਦ ਗੁੜ ਵੀ ਉਨੇ ਹੀ ਮਾੜੇ ਨੇ। ਮੇ ਵੀ ਤੁਸੀਂ ਕਹਿ ਸਕਦੇ ਹੋ ਅਗਰ ਜਿਹੜੀ ਸ਼ੂਗਰ ਹੈ ਉਹ 100% ਤੁਹਾਨੂੰ ਖਰਾਬ ਕਰ ਰਹੀ ਹੈ ਅਤੇ ਇਹ ਚੀਜ਼ਾਂ ਤੁਹਾਨੂੰ 80-90% ਖਰਾਬ ਕਰ ਰਹੀਆਂ, ਖਰਾਬ ਇਹ ਵੀ ਕਰ ਰਹੀਆਂ ਨੇ। ਸੋ ਕੋਸ਼ਿਸ਼ ਕੀਤੀ ਜਾਏ ਕਿ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਤਾਂ ਇਹਨਾਂ ਦੀ ਵਰਤੋਂ ਬਿਲਕੁਲ ਨਾ ਕਰਨ, ਔਰ ਜਿਹੜੇ ਬਾਕੀ ਵੀ ਨੇ ਕੋਸ਼ਿਸ਼ ਕੀਤਾ ਜਾਏ ਕਿ ਤਲੀਆਂ ਚੀਜ਼ਾਂ, ਮੈਦੇ ਦੀ ਚੀਜ਼ਾਂ ਜਾਂ ਖੰਡ ਵਾਲੀਆਂ ਚੀਜ਼ਾਂ ਘੱਟ ਮਾਤਰਾ 'ਚ ਲਿੱਤੀਆਂ ਜਾਣ। ਵੀ ਅਸੀਂ ਜਾਣਾ ਹੈ, ਪ੍ਰਸ਼ਾਦ ਮਿਲ ਰਿਹਾ ਥੋੜ੍ਹਾ ਲੈ ਲਿਆ, ਜਲੇਬੀ ਹੈ ਪੂਰਾ ਥਾਲ ਨਹੀਂ ਭਰਿਆ ਇੱਕ ਪੀਸ ਲੈ ਲਿਆ, ਸੋ ਇੱਕ ਵਾਰ ਇਹ ਆਦਤ ਬਣਾਵਾਂਗੇ ਤਾਂ ਅੱਗੇ ਜਾ ਕੇ ਸਾਡਾ ਸਰੀਰ ਕਾਫੀ ਠੀਕ ਰਹੇਗਾ। ਸੋ ਆਖਰੀ 'ਚ ਮੈਂ ਜ਼ਿਆਦਾ ਟਾਈਮ ਨਹੀਂ ਲਾਵਾਂਗਾ, ਆਖਰੀ 'ਚ ਇੱਕ ਚੀਜ਼ ਫਿਰ ਉਹੀ ਦੁਬਾਰਾ ਮੈਂ ਦੁਹਰਾਉਣਾ ਚਾਹਾਂਗਾ ਕਿ ਕੋਸ਼ਿਸ਼ ਇਹ ਕੀਤਾ ਜਾਏ ਬਾਹਰ ਦਾ ਖਾਣਾ ਛੱਡੀਏ, ਕੋਸ਼ਿਸ਼ ਕੀਤੀ ਜਾਏ ਕਿ ਅਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਨੂੰ ਵਧਾਏ, ਔਰ ਅਸੀਂ ਆਪਣਾ ਸਾਲ 'ਚ ਇੱਕ ਵਾਰ ਜ਼ਰੂਰ ਚੈੱਕਅਪ ਕਰਾਈਏ, ਜਾਂ ਜਿੱਥੇ ਕੈਂਪ ਹੋ ਰਹੇ ਨੇ ਉੱਥੇ ਜ਼ਰੂਰ ਚੈੱਕਅਪ ਕਰਾਈਏ, ਔਰ ਜਿਨ੍ਹਾਂ ਨੂੰ ਸ਼ੂਗਰ ਹੈਗੀ ਹੈ ਉਹਨੂੰ ਕੰਟਰੋਲ 'ਚ ਰੱਖਣ। ਇਹ ਇੰਪੋਰਟੈਂਟ ਨਹੀਂ ਹੈਗਾ ਕਿ ਤੁਸੀਂ ਸਿਰਫ ਡਾਇਟ ਨਾਲ ਕੰਟਰੋਲ ਕੀਤਾ ਹੈ, ਕਿ ਤੁਸੀਂ ਦਵਾਈ ਖਾ ਰਹੇ ਹੋ, ਕਿ ਤੁਹਾਨੂੰ ਟੀਕਾ ਲੈਣਾ ਪੈ ਰਿਹਾ। ਇੰਪੋਰਟੈਂਟ ਇਹ ਵੇ ਕਿ ਜਿਹੜੀ ਸ਼ੂਗਰ ਹੈ ਉਹ ਖਾਲੀ ਪੇਟ ਤੁਹਾਡੀ 125 ਤੋਂ ਥੱਲੇ, ਰੋਟੀ ਖਾਣ ਤੋਂ ਬਾਅਦ 150 ਤੋਂ ਥੱਲੇ, ਅਤੇ 3 ਮਹੀਨੇ ਦੀ ਜਿਹੜੀ ਹੈਗੀ ਹੈ ਉਹ 6.5 ਤੋਂ ਥੱਲੇ ਹੋਣੀ ਚਾਹੀਦੀ। ਹਾਂਜੀ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਵੀ ਕਹਿ ਰਹੇ ਨੇ ਕਿ ਜਿਹੜੀ 3 ਮਹੀਨੇ ਦੀ ਸ਼ੂਗਰ ਹੈ ਉਹ 5.7 ਤੋਂ ਥੱਲੇ ਜਿਹੜੀ ਰਿਕਮੈਂਡ ਕਰਦੇ ਨੇ, ਉਹ ਬਿਲਕੁਲ ਸਹੀ ਹੈ ਕਿ 5.7 ਤੋਂ ਜਿਹੜਾ 6.5 ਹੈ ਉਹਨੂੰ ਅਸੀਂ ਇੱਕ ਸਟੇਜ ਬੋਲਦੇ ਹਾਂ ਪ੍ਰੀ ਡਾਇਬਟੀਜ਼।
ਪ੍ਰੀ ਡਾਇਬਟੀਜ਼ ਦਾ ਮਤਲਬ ਹੋ ਗਿਆ ਕਿ ਤੁਹਾਨੂੰ ਅੱਗੇ ਜਾ ਕੇ ਸ਼ੂਗਰ ਹੋਣ ਦੀ ਸੰਭਾਵਨਾ ਹੈ, ਉਹ ਇੱਕ ਤਰ੍ਹਾਂ ਦੀ ਵਾਰਨਿੰਗ ਸਾਈਨ ਹੈ ਤੁਹਾਡੇ ਵਾਸਤੇ, ਇੱਕ ਅਲਾਰਮ ਹੈ ਕਿ ਅਗਰ ਤੁਹਾਡੀ 3 ਮਹੀਨੇ ਦੀ ਸ਼ੂਗਰ 5.7 ਤੋਂ ਔਰ 6.5 ਤੋਂ ਵਿਚਕਾਰ ਹੈ ਤਾਂ ਤੁਹਾਨੂੰ 30% ਜ਼ਿਆਦਾ ਚਾਂਸ ਹੈ ਆਮ ਪਾਪੂਲੇਸ਼ਨ ਨਾਲੋਂ ਕਿ ਤੁਹਾਨੂੰ ਅੱਗੇ ਜਾ ਕੇ ਸ਼ੂਗਰ ਹੋ ਸਕਦੀ ਹੈ। ਸੋ ਇੱਥੇ ਹੀ ਅਗਰ ਅਸੀਂ ਪਰਹੇਜ਼ ਕਰ ਲਈਏ, ਅਗਰ ਸਾਡਾ ਵੇਟ ਜ਼ਿਆਦਾ ਹੈ, ਸੋ ਵੇਟ ਦਾ ਵੀ ਚੈੱਕ ਕਰਨਾ ਬੜਾ ਆਸਾਨ ਹੈ। ਆਪਣੀ ਹਾਈਟ ਜਿਹੜੀ ਤੁਹਾਡੀ ਹੈ ਉਹਨੂੰ ਤੁਸੀਂ ਸੈਂਟੀਮੀਟਰ 'ਚ ਕਨਵਰਟ ਕਰ ਲਓ। ਸੋ ਸਪੋਜ਼ ਤੁਹਾਡੀ ਹਾਈਟ 5 ਫੁੱਟ 4 ਇੰਚ ਹੈ, ਯਾਨੀ 160 ਸੈਂਟੀਮੀਟਰ, ਉਹਦੇ 'ਚੋਂ 100 ਘਟਾ ਦਿਓ, ਯਾਨੀ ਕਿ ਤੁਹਾਡਾ ਵਜ਼ਨ 60 ਕਿਲੋ ਹੋਣਾ ਚਾਹੀਦਾ। ਸੋ ਉਹ ਵੀ ਚੀਜ਼ ਨੂੰ ਅਗਰ ਅਸੀਂ ਧਿਆਨ ਰੱਖੀਏ, ਖਾਣਾ ਪੀਣਾ ਉਸ ਟਾਈਮ ਅਸੀਂ ਅਵੋਇਡ ਕਰਨਾ ਸ਼ੁਰੂ ਕਰ ਦਈਏ ਤਾਂ ਅੱਗੇ ਜਾ ਕੇ ਸ਼ੂਗਰ ਨਹੀਂ ਹੋਏਗੀ। ਸੋ ਉਹਦੇ ਤੋਂ ਵੀ ਅਸੀਂ ਸ਼ੂਗਰ ਤੋਂ ਬਚ ਸਕਦੇ ਹਾਂ। ਸੋ ਇਹ ਸਾਰੀ ਚੀਜ਼ਾਂ ਕਹਿ ਕੇ ਮੈਂ ਇਹੀ ਆਪ ਜੀ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣੇ ਬਿਮਾਰੀਆਂ ਦਾ ਇਹੀ ਹੈ ਕਿ ਆਪਾਂ ਬਚਿਆ ਜਾਏ, ਸਭ ਤੋਂ ਮੇਨ ਏਮ ਇਹੀ ਹੋਣਾ ਚਾਹੀਦਾ। ਸੋ ਉਹਦੇ ਵਾਸਤੇ ਬਾਹਰ ਦਾ ਖਾਣਾ ਛੱਡੀਏ, ਹੈਲਦੀ ਖਾਣਾ ਖਾਈਏ, ਆਪਣਾ ਚੈੱਕਅਪ ਜ਼ਰੂਰ ਕਰਾਈਏ, ਔਰ ਅਗਰ ਇਹ ਬਿਮਾਰੀ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਉਹਦਾ ਪ੍ਰੋਪਰ ਇਲਾਜ ਕਰਾਈਏ। ਸਾਡੇ ਕੋਲ ਸਾਰੀ ਸੁਵਿਧਾਵਾਂ ਹੁਣ ਉਪਲਬਧ ਨੇ, ਸਾਰੇ ਡਾਕਟਰ ਇੱਥੇ ਨੇੜੇ ਉਪਲਬਧ ਹੈਗੇ ਨੇ ਜਿਹੜੇ ਕਿ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦੇ ਨੇ ਕਿ ਅਸੀਂ ਬੈਸਟ ਕਿਸ ਤਰ੍ਹਾਂ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਏ ਤਾਂ ਕਿ ਅੱਗੇ ਜਾ ਕੇ ਕੋਈ ਕੰਪਲੀਕੇਸ਼ਨਸ ਨਾ। ਸਤਿ ਸ਼੍ਰੀ ਅਕਾਲ।